too. ਇੱਕ 2 ਸਾਲ ਦੀ ਬੱਚੀ ਨੂੰ ਕਾਰ ਨੇ ਦਰੜ ਦਿੱਤਾ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਡਰਾਈਵਰ ਨੂੰ ਵੀ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਹਾਲਾਂਕਿ ਡਰਾਈਵਰ ਦੇ ਵੱਲੋਂ ਵੀ ਉੱਥੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ ਬੱਚੇ ਜਦੋਂ ਗਲੀ ਦੇ ਵਿੱਚ ਖੇਡ ਰਹੇ ਸੀ ਤਾਂ ਇੱਕ ਵਿਅਕਤੀ ਆਪਣੀ ਕਾਰ ਨੂੰ ਖੜਾ ਕਰਕੇ ਦਵਾਈ ਲੈਣ ਦੇ ਲਈ ਜਾਂਦਾ ਤੇ ਜਦੋਂ ਆ ਕੇ ਆਪਣੀ ਕਾਰ ਚੱਕਣ ਲੱਗਦਾ ਤਾਂ ਉਸ ਦੇ ਹੇਠਾਂ ਇੱਕ 2 ਸਾਲ ਦੀ ਬੱਚੀ ਆ ਜਾਂਦੀ ਹੈ ਜਿਸ ਦੀ ਕਿ ਕਾਰ ਦੇ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਹਸਪਤਾਲ ਜਦੋਂ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਤੇ ਜਦੋਂ ਡਰਾਈਵਰ ਦੱਸਿਆ ਜਾ ਰਿਹਾ ਕਿ ਮੌਕੇ ਤੋਂ ਫਰਾਰ ਹੋਣ ਲੱਗਿਆ ਤਾਂ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ। ਹਾਲਾਂਕਿ ਇਸ ਮੌਕੇ 'ਤੇ ਡਰਾਈਵਰ ਦਾ ਕਹਿਣਾ ਸੀ ਕਿ ਜਦੋਂ ਉਸਨੇ ਆਪਣੀ ਕਾਰ ਚੱਕੀ ਤਾਂ ਇੱਕ ਬੱਚੀ ਉਸਦੀ ਕਾਰ ਦੇ ਹੇਠਾਂ ਖੇਡ ਰਹੀ ਸੀ ਜਿਸ ਦੇ ਕਾਰਨ ਉਸਨੂੰ ਪਤਾ ਨਹੀਂ ਲੱਗਿਆ ਅਤੇ ਕਾਰ ਉਹ ਅੱਗੇ ਲੈ ਗਿਆ ਜਿਸਦੀ ਕਿ ਕਾਰ ਦੇ ਹੇਠਾਂ ਆਉਣ ਦੇ ਕਾਰਨ ਮੌਤ ਹੋ ਗਈ ਅਤੇ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਅਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਲੁਧਿਆਣਾ ਦੇ ਵਿੱਚ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ 2 ਸਾਲ ਦੀ ਬੱਚੀ ਕਾਰ ਦੇ ਹੇਠਾਂ ਆਈ ਹੈ ਜਿਸ ਦੀ ਕਿ ਦਰਦਨਾਕ ਮੌਤ ਹੋ ਗਈ ਹੈ। ਉੱਥੇ ਜਦੋਂ ਚਾਲਕ ਕਾਰ ਦਾ ਫਰਾਰ ਹੋਣ ਲੱਗਿਆ ਤਾਂ ਲੋਕਾਂ ਨੇ ਮੌਕੇ ਦੇ ਉੱਤੇ ਹੀ ਉਸਨੂੰ ਕਾਬੂ ਕੀਤਾ। ਜਿਸ ਤੋਂ ਬਾਅਦ ਕੀ ਕੁਝ ਕਹਿਣਾ ਸੀ ਇਸ ਕਾਰ ਚਾਲਕ ਦਾ ਆਓ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਹਾਂ। ਇਸਤਰੀ ਹੈ ਨਾ ਜਿਹੜਾ ਆਰਮੀ ਫਲੈਟ ਹੈਗਾ ਇਹਦੇ ਸਾਹਮਣੇ ਮਾਰਕੀਟ ਹੈ ਉੱਥੇ ਮਾਰਨ ਵਾਲੀ ਉੱਥੇ ਮੈਂ ਦਵਾਈ ਲੈ ਕੇ ਗੱਡੀ ਮੇਰੀ ਖੜੀ ਸੀ ਮੈਂ ਦਵਾਈ ਲੈ ਕੇ ਵਾਪਸ ਆਇਆ ਅਤੇ ਬੱਚੇ 3-4 ਬੱਚੇ ਖੇਡਦੇ ਸੀ ਬੱਚੇ ਖੇਡਦੇ ਵਿੱਚ ਮੈਂ ਉਹਨਾਂ ਨੂੰ ਮਿਲਾ ਪਰ ਬੱਚੇ ਮੈਂ ਗੱਡੀ ਸਟਾਰਟ ਕੀਤੀ ਥੱਲੇ ਬੱਚਾ ਸੀ ਗੱਡੀ ਦੇ ਥੱਲੇ ਅਤੇ ਤੁਸੀਂ ਦੇਖਿਆ ਹੋਣੀ ਗੱਡੀ ਦੇ ਥੱਲੇ ਮੈਂ ਕਿੱਥੇ ਮਿਲਾ। ਅੱਛਾ ਜੀ ਬੱਚੇ ਹੋਰ ਵੀ ਖੇਡ ਰਹੇ ਸੀ ਬੱਚੇ ਚਾਰ ਕੁ ਪੰਜ ਬੱਚੇ ਸੀ ਛੋਟੇ ਛੋਟੇ ਦੇ ਬੱਚੇ ਖੇਡਦੇ ਹੋ ਅਤੇ ਉਹ ਗੱਡੀ ਦੇ ਥੱਲੇ ਸੀ ਇੱਕ ਬੱਚਾ ਮੈਂ ਗੱਡੀ ਸਟਾਰਟ ਕੀਤੀ ਮੈਂ ਤਾਂ ਆਪਣੇ ਵੱਲੋਂ ਸਮਾਨ ਲਿੱਤਾ ਗੱਡੀ ਸਟਾਰਟ ਕੀਤੀ ਜਾਣ ਨੂੰ ਉਹ ਗੱਡੀ ਥੱਲੇ ਚੱਕ ਕਰ ਲਿਆ ਅਤੇ ਜਦੋਂ ਨੀਚੇ ਆਇਆ ਉਦੋਂ ਮਹਿਸੂਸ ਹੋਇਆ ਤੁਹਾਨੂੰ ਜਦੋਂ ਕੁਛ ਅਤੇ ਕਿੰਨੇ ਕੁ ਉਮਰ ਹੈ ਬੱਚੇ ਦੀ ਬੱਚਾ ਛੋਟਾ ਜਿਹਾ ਜੀ ਮੇਰੇ ਖਿਆਲ ਇੰਨੇ ਕੁ ਹੋਣਾ ਅਤੇ ਬੱਚੇ ਦੀ ਡੈਥ ਹੋ ਗਈ ਹੁਣ ਇੱਕ 2 ਸਾਲ ਦੀ ਬੱਚੀ ਨੂੰ ਕਾਰ ਨੇ ਦਰੜ ਦਿੱਤਾ ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਤਾਂ ਡਰਾਈਵਰ ਨੂੰ ਵੀ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਹਾਲਾਂਕਿ ਡਰਾਈਵਰ ਦੇ ਵੱਲੋਂ ਵੀ ਉੱਥੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ ਬੱਚੇ ਜਦੋਂ ਗਲੀ ਦੇ ਵਿੱਚ ਖੇਡ ਰਹੇ ਸੀ ਤਾਂ ਇੱਕ ਵਿਅਕਤੀ ਆਪਣੀ ਕਾਰ ਨੂੰ ਖੜਾ ਕਰਕੇ ਦਵਾਈ ਲੈਣ ਦੇ ਲਈ ਜਾਂਦਾ ਅਤੇ ਜਦੋਂ ਆ ਕੇ ਆਪਣੀ ਕਾਰ ਚੱਕਣ ਲੱਗਦਾ ਤਾਂ ਉਸਦੇ ਹੇਠਾਂ ਇੱਕ 2 ਸਾਲ ਦੀ ਬੱਚੀ ਆ ਜਾਂਦੀ ਹੈ ਜਿਸ ਦੀ ਕਿ ਕਾਰ ਦੇ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਹਸਪਤਾਲ ਜਦੋਂ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਦੋਂ ਡਰਾਈਵਰ ਦੱਸਿਆ ਜਾ ਰਿਹਾ ਕਿ ਮੌਕੇ ਤੋਂ ਫਰਾਰ ਹੋਣ ਲੱਗਿਆ ਤਾਂ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ। ਹਾਲਾਂਕਿ ਇਸ ਮੌਕੇ 'ਤੇ ਡਰਾਈਵਰ ਦਾ ਕਹਿਣਾ ਸੀ ਕਿ ਜਦੋਂ ਉਸਨੇ ਆਪਣੀ ਕਾਰ ਚੱਕੀ ਤਾਂ ਇੱਕ ਬੱਚੀ ਉਸਦੀ ਕਾਰ ਦੇ ਹੇਠਾਂ ਖੇਡ ਰਹੀ ਸੀ ਜਿਸ ਦੇ ਕਾਰਨ ਉਸਨੂੰ ਪਤਾ ਨਹੀਂ ਲੱਗਿਆ ਅਤੇ ਕਾਰ ਉਹ ਅੱਗੇ ਲੈ ਗਿਆ ਜਿਸਦੀ ਕਿ ਕਾਰ ਦੇ ਹੇਠਾਂ ਆਉਣ ਦੇ ਕਾਰਨ ਮੌਤ ਹੋ ਗਈ ਅਤੇ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਅਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਲੁਧਿਆਣਾ ਦੇ ਵਿੱਚ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ 2 ਸਾਲ ਦੀ ਬੱਚੀ ਕਾਰ ਦੇ ਹੇਠਾਂ ਆਈ ਹੈ ਜਿਸ ਦੀ ਕਿ ਦਰਦਨਾਕ ਮੌਤ ਹੋ ਗਈ ਹੈ। ਉੱਥੇ ਜਦੋਂ ਚਾਲਕ ਕਾਰ ਦਾ ਫਰਾਰ ਹੋਣ ਲੱਗਿਆ ਤਾਂ ਲੋਕਾਂ ਨੇ ਮੌਕੇ ਦੇ ਉੱਤੇ ਹੀ ਉਸਨੂੰ ਕਾਬੂ ਕੀਤਾ। ਜਿਸ ਤੋਂ ਬਾਅਦ ਕੀ ਕੁਝ ਕਹਿਣਾ ਸੀ ਇਸ ਕਾਰ ਚਾਲਕ ਦਾ ਆਓ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਹਾਂ।
ਸੀ ਹੈ ਨਾ ਜਿਹੜਾ ਆਰਮੀ ਫਲੈਟ ਹੈਗਾ ਇਹ ਸਾਹਮਣੇ ਮਾਰਕੀਟ ਹੈ ਉੱਥੇ ਨਾਰੰਗ ਮੈਡੀਕਲ ਤੋਂ ਮੈਂ ਦਵਾਈ ਲੈ ਕੇ ਗੱਡੀ ਮੇਰੀ ਖੜੀ ਸੀ ਮੈਂ ਦਵਾਈ ਲੈ ਕੇ ਵਾਪਸ ਆਇਆ ਅਤੇ ਬੱਚੇ ਤਿੰਨ ਚਾਰ ਬੱਚੇ ਖੇਡਦੇ ਸੀ ਬੱਚੇ ਖੇਡਦੇ ਪਏ ਸੀ ਮੈਂ ਉਹਨਾਂ 'ਚ ਮਿਲਾ ਪਰ ਬੱਚੇ ਮੈਂ ਗੱਡੀ ਸਟਾਰਟ ਕੀਤੀ ਥੱਲੇ ਬੱਚਾ ਸੀ ਗੱਡੀ ਦੇ ਥੱਲੇ ਅਤੇ ਤੁਸੀਂ ਦੇਖਿਆ ਹੋਣੀ ਗੱਡੀ ਦੇ ਥੱਲੇ ਮੈਂ ਕਿੱਥੇ ਮਿਲਿਆ ਅੱਛਾ ਜੀ ਬੱਚੇ ਹੋਰ ਵੀ ਖੇਡ ਰਹੇ ਸੀ ਬੱਚੇ ਚਾਰ ਪੰਜ ਬੱਚੇ ਸੀ ਛੋਟੇ ਛੋਟੇ ਦੇ ਅੱਛਾ ਬੱਚੇ ਖੇਡਦੇ ਹੋ ਅਤੇ ਉਹ ਗੱਡੀ ਦੇ ਥੱਲੇ ਸੀ ਇੱਕ ਬੱਚਾ ਮੈਂ ਗੱਡੀ ਸਟਾਰਟ ਕੀਤੀ ਮੈਂ ਤਾਂ ਆਪਣੇ ਵੱਲੋਂ ਸਮਾਨ ਲਿੱਤਾ ਗੱਡੀ ਸਟਾਰਟ ਕੀਤੀ ਜਾਣ ਨੂੰ ਉਹ ਗੱਡੀ ਥੱਲੇ ਚੱਕ ਥੱਲੇ ਚੱਕ ਅਤੇ ਜਦੋਂ ਨੀਚੇ ਆਇਆ ਉਦੋਂ ਮਹਿਸੂਸ ਹੋਇਆ ਤੁਹਾਨੂੰ ਜਦੋਂ ਕੁਛ ਅਤੇ ਕਿੰਨੇ ਕੁ ਉਮਰ ਹੈ ਬੱਚੇ ਦੀ ਬੱਚਾ ਛੋਟਾ ਜਿਹਾ ਮੇਰੇ ਖਿਆਲ ਇੰਨੇ ਕੁ ਹੋਣਾ ਅਤੇ ਬੱਚੇ ਦੀ ਡੈਥ ਹੋ ਗਈ ਹੁਣ